اسلام علیکم جی اج میں ایک ایشو پہ بات کرنا چاہتا ہوں جو پاکستان میں بہت زیادہ وائرل ہوا ہوا ہے وہ ایک کیس ہے مانگا منڈی والا ٹھیک ہے یار کوئی خدا دا خوف کر جاؤ ਤੁਸੀਂ او کیوں انہاں نو اتنا ذلیل کر رہے ہو مطلب شریف تے ٹھیک ہے قانون نے کرنا ہے قانون نے سزا دینی عدالتاں ہیں نے قانون ہے اے میڈیا تے اس طرح اچھال رہے ہو یار کوئی پردہ بھی ہوندا ہے کسی چیز دا اللہ تعالی نے بھی فرمایا کہ دوسرے دا پردہ رکھو تہاڈا بھی کوئی پردہ رکھے گا ਯਾਰ ਪਰਦਾ ਰੱਖੋ ਐਨਾ ਉਹਨਾਂ ਨੂੰ ਬਿਲਕੁਲ ਹੀ ਉਪਰ ਨਾ ਕਰੋ ਉਹਨਾਂ ਦੀ ਫੈਮਲੀ ਆ ਉਹਨਾਂ ਦੇ ਰਿਸ਼ਤੇਦਾਰ ਉਹਨਾਂ ਦੀ ਭੈਣ ਭਰਾ ਉਹਨਾਂ ਦੀ ਸਹੇਲੀਆਂ ਉਹਨਾਂ ਦੇ ਦੋਸਤ ਯਾਰ ਕੋਈ ਖੁਦਾ ਦਾ ਖੋਫ ਨਹੀਂ ਹੈ ਜਿਹੜਾ ਆਪਣਾ ਰੇਟਿੰਗ ਦੇ ਚੱਕਰਾਂ ਵਿੱਚ ਹਰ ਚੈਨਲ ਜਿਹੜਾ ਲੱਲੂ ਫੰਜੂ ਉੱਠ ਰਿਹਾ ਜੀ ਉਹਨਾਂ ਦੇ ਕੋਲ ਥਾਣੇ ਜਾ ਕੇ ਲੈ ਰਿਹਾ ਉਹਨਾਂ ਦੇ ਬਿਆਨ ਲੈ ਰਿਹਾ ਯਾਰ ਐਨਾ ਤੁਹਾਨੂੰ ਅਥਾਰਟੀ ਕਿੰਨੇ ਦਿੱਤੀ ਹੈ ਅਦਾਲਤਾਂ ਹੈ ਨੇ ਕਾਨੂੰਨ ਹੈ ਵੇ ਪਾਕਿਸਤਾਨ ਦਾ ਤੇ ਯਾਰ ਹਰ ਦੂਸਰਾ ਚੈਨਲ ਹਰ ਦੂਸਰਾ ਯੂਟਿਊਬਰ ਹਰ ਕੋਈ ਹੋਰ ਤੇ ਗਿਆ ਹੈ ਯਾਰ ਕੋ ਪਰਦਾ ਰੱਖਣਾ ਸਿੱਖੋ ਅੱਲਾਹ تعالی ਨੇ ਫਰਮਾਇਆ ਹੈ ਪਰਦਾ ਤੁਸੀਂ ਦੂਸਰਿਆਂ ਦਾ ਰੱਖੋ ਤੇ ਤਾਂ ਕਿ ਅੱਲਾਹ تعالی ਤੁਹਾਡਾ ਵੀ ਪਰਦਾ ਰੱਖੇ ਚੀਜ਼ਾਂ ਦਾ ਹਰ ਕਿਸੇ ਦੇ ਘਰ ਚ ਬੁਖਲੀ ਚੀਜ਼ਾਂ ਹੁੰਦੀਆਂ ਕੋਈ ਖੁਦਾ ਦਾ ਖੌਫ ਕਰਜੋ ਬਸ ਕਰ ਦਿਓ ਜਿੰਨੀ ਹੋਣੀ ਸੀ ਹੋ ਗਈ ਹੁਣ ਅਦਾਲਤ ਕਾਨੂੰਨ ਤੇ ਇਤਮਾਦ ਕਰੋ ਤੇ ਇਨਸ਼ਾ ਅੱਲਾਹ ਅੱਲਾਹ ਬਿਹਤਰ ਕਰੇਗਾ ਜਿੰਦੀ ਸਜ਼ਾ ਦੇ ਹੱਕਦਾਰ ਨੇ ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਮੈਂ ਉਹਨਾਂ ਦੀ ਫੇਵਰਿਟ ਨਹੀਂ ਬੋਲ ਰਿਹਾ ਲੇਕਿਨ ਇੱਕ ਪਰਦਾ ਕੋਈ ਚੀਜ਼ ਹੁੰਦੀ ਹੈ ਯਾਰ ਬਸ ਕਰ ਦਿਓ ਉਹਨਾਂ ਦੇ ਭੈਣ ਭਰਾ ਨਹੀਂ ਛੱਡ ਰਹੇ ਉਹਨਾਂ ਦੇ ਰਿਸ਼ਤੇਦਾਰ ਉਹਨਾਂ ਦੇ ਫੈਮਲੀਆ ਕਿਨੂੰ ਕਿਨੂੰ ਨਹੀਂ ਤੁਸੀਂ ਟੀਵੀ ਤੇ ਲਿਆ ਰਹੇ ਕਿਨੂੰ ਕਿਨੂੰ ਨਹੀਂ ਤੁਸੀਂ ਮੀਡੀਆ ਤੇ ਲਿਆ ਰਹੇ ਬਸ ਕਰ ਦਿਓ ਜਿਨ੍ਹਾਂ ਨੂੰ ਜਿਨ੍ਹਾਂ ਨੇ ਕੀਤਾ ਹੈ ਉਹਨਾਂ ਨੂੰ ਸਜ਼ਾ ਅੱਲਾਹ ਤਾਲਾ ਵੀ ਦੇਗਾ ਤੇ ਕਾਨੂੰਨ ਵੀ ਦੇਗਾ ਮੇਰੀ ਇਹੀ ਰਿਕਵੈਸਟ ਹੈ ਕਿ ਯਾਰ ਬਸ ਕਰ ਦਿਓ ਖੁਦਾ ਦਾ ਖੋਫ ਕਰ ਜੋ ਬਸ ਅੱਲਾ ਹੀ ਬੋਤੇ ਕਿ ਪਰਦਾ ਰੱਖਣਾ ਸਿੱਖ ਲਓ ਕਿਸੇ ਵੀ ਚੀਜ਼ਾ ਅਗਰ ਤੁਹਾਨੂੰ ਪਤਾ ਚੱਲ ਜਾਂਦੀ ਕੋਈ ਚੀਜ਼ ਤੇ ਓਕੇ ਜੀ ਫਿਰ ਅੱਲਾ ਹਾਫਿਜ਼